ਪੰਜਾਬ ਹਰਿਆਣਾ ਤੇ ਉੱਤਰਾਖੰਡ ਸਮੇਤ 7 ਸੂਬੇ ਨਸ਼ਿਆਂ ਖਿਲਾਫ ਹੋਏ ਇਕਜੁੱਟ। ਚੰਡੀਗੜ੍ਹ 'ਚ ਕੀਤੀ ਮੀਟਿੰਗ। ਨਸ਼ੇ ਦੇ ਮੁੱਦੇ ਨੂੰ ਲੈ ਕੇ 7 ਸੂਬਿਆਂ ਦੇ ਅਫਸਰਾਂ ਤੇ ਮੁੱਖ ਮੰਤਰੀਆਂ ਦੀ ਬੈਠਕ ਚੰਡੀਗੜ੍ਹ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਮੌਜੂਦ ਸਨ। ਖਰਾਬ ਮੌਸਮ ਕਰਕੇ ਹਿਮਾਚਲ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਤਾਂ ਨਹੀਂ ਪਹੁੰਚ ਸਕੇ, ਪਰ ਆਪਣੀ ਹਾਜ਼ਰੀ ਵੀਡੀਓ ਕਾਨਫਰੰਸ ਰਾਹੀਂ ਲਵਾਈ। ਇਸ ਦੇ ਨਾਲ ਹੀ ਰਾਜਸਥਾਨ, ਦਿੱਲੀ ਅਤੇ ਚੰਡੀਗੜ੍ਹ ਵਿੱਚ ਉੱਚ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਵਿੱਚ ਫੈਸਲਾ ਲਿਆ ਕਿ ਹਰ 6 ਮਹੀਨਿਆਂ ਬਾਅਦ ਸਾਰੇ ਮੁੱਖ ਮੰਤਰੀ ਇਸ ਮੁੱਦੇ ਨੂੰ ਲੈ ਕੇ ਬੈਠਕ ਕਰਨਗੇ। ਮਿੱਤਰੋ, ਆਜ ਉੱਤਰ ਭਾਰਤ ਕੀ ਇੱਕ ਐਸੀ ਬੜੀ ਸਮੱਸਿਆ ਜੋ ਪਿਛਲੇ ਕਈ ਵਰਸ਼ੋਂ ਸੇ ਮਹਿਸੂਸ ਕੀ ਜਾ ਰਹੀ ਹੈ, ਨਸ਼ੇ ਕਾ ਜੋ ਦਾਨਵ ਇਸ ਖੇਤਰ ਕੇ ਯੁਵਕੋਂ ਕੋ ਜੋ ਖਾਏ ਚਲਾ ਜਾ ਰਹਾ ਹੈ, ਇਸਮੇ ਸਭੀ ਪ੍ਰਾਂਤੋਂ ਕੇ ਲੋਕ ਇਹ ਬੜੇ ਚਿੰਤਿਤ ਹੈ। ਨਾ ਕੇਵਲ ਸਰਕਾਰਾਂ ਬਲਕਿ ਸਮਾਜ ਕੇ ਐਸੇ ਪ੍ਰਬੁੱਧ ਨਾਗਰਿਕ ਉਹ ਵੀ ਬਹੁਤ ਚਿੰਤਿਤ ਹੈ। ਤੋ ਉਨ ਸਭ ਬਾਤੋਂ ਕੋ ਧਿਆਨ ਮੇਂ ਰੱਖਤੇ ਹੋਏ ਇੱਕ ਐਸਾ ਵਿਚਾਰ ਕੀ ਸ਼ੁਰੂਆਤ ਹੋਈ। ਹਮਾਰੇ ਪੰਜਾਬ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਸਮੱਸਿਆ ਸੇ ਕੰਸਰਨ ਰੱਖਤੇ ਹੋਏ ਮੁਝੇ ਇੱਕ ਪੱਤਰ ਲਿਖਾ, ਮੈਨੇ ਉਸਕਾ ਉੱਤਰ ਵੀ ਦਿਆ ਥਾ। ਬਾਅਦ ਮੇਂ ਯਹੀ ਵਿਸ਼ੇ ਹਮਾਰੇ ਉੱਤਰਾਖੰਡ ਔਰ ਹਿਮਾਚਲ ਪ੍ਰਦੇਸ਼ ਕੇ ਮੁੱਖ ਮੰਤਰੀਓਂ ਨੇ ਵੀ ਇਸ ਪਰ ਕੰਸਰਨ ਜਤਾਇਆ ਔਰ ਆਸ ਪਾਸ ਕੇ ਅਨਯ ਪ੍ਰਾਂਤੋਂ ਮੇਂ ਵੀ ਇਸ ਸਮੱਸਿਆ ਕੀ ਜਾਣਕਾਰੀ ਹਮ ਸਭਕੋ ਹੈ ਹੀ। ਉਸੀ ਮੇਂ ਸੇ ਇੱਕ ਵਿਚਾਰ ਆਇਆ ਕਿ ਹਮ ਉੱਤਰ ਭਾਰਤ ਕੇ ਸਭੀ ਪ੍ਰਾਂਤੋਂ ਕੇ ਮੁੱਖ ਮੰਤਰੀ ਔਰ ਅਧਿਕਾਰੀ ਇਨਕੀ ਇੱਕ ਮੀਟਿੰਗ ਕਰਕੇ ਇੱਕ ਸਾਂਝਾ ਰਣਨੀਤੀ, ਇੱਕ ਸਟ੍ਰੈਟਜੀ ਯੇ ਬਣਾਕਰ ਔਰ ਇਸ ਸਮੱਸਿਆ ਕੋ ਕਿਸ ਪ੍ਰਕਾਰ ਸੇ ਅਮੂਲ ਚੂਲ ਨਸ਼ਟ ਕੀਆ ਜਾ ਸਕਤਾ ਹੈ, ਇਸ ਪਰ ਕੋਈ ਨਾ ਕੋਈ ਮੈਕੇਨਿਜ਼ਮ ਬਣਾਉਣਾ ਚਾਹੀਏ। ਤੋ ਉਸੀ ਕੜੀ ਮੇਂ ਆਜ 4 ਪ੍ਰਦੇਸ਼ੋਂ ਕੇ ਮੁੱਖ ਮੰਤਰੀ, ਪੰਜਾਬ, ਹਰਿਆਣਾ, ਉੱਤਰਾਖੰਡ ਔਰ ਹਿਮਾਚਲ ਪ੍ਰਦੇਸ਼, ਯਦਪਿ ਹਿਮਾਚਲ ਪ੍ਰਦੇਸ਼ ਕੇ ਮੁੱਖ ਮੰਤਰੀ ਮੌਸਮ ਖਰਾਬ ਹੋਣੇ ਕੇ ਕਾਰਨ ਸੇ ਪਹੁੰਚ ਨਹੀਂ ਸਕੇ, ਲੇਕਿਨ ਵੀਡੀਓ ਕਾਨਫਰੰਸ ਕੇ ਸਾਥ ਵੋ ਵੀ ਮੀਟਿੰਗ ਮੇਂ ਸ਼ਾਮਿਲ ਰਹੇ ਔਰ ਇਸਕੇ ਅਤਿਰਿਕਤ 3 ਪ੍ਰਾਂਤੋਂ ਕੇ, 4 ਯੇ ਪ੍ਰਾਂਤ ਔਰ 3 ਅਨਯ ਪ੍ਰਾਂਤ, 7 ਪ੍ਰਾਂਤੋਂ ਕੇ ਅਧਿਕਾਰੀ, ਹੋਮ ਡਿਪਾਰਟਮੈਂਟ ਕੇ ਅਧਿਕਾਰੀ, ਕਹੀਂ ਸੇ ਚੀਫ ਸੈਕਟਰੀ ਵੀ ਥੇ, ਹਮਾਰੇ ਪੁਲਿਸ ਕੇ ਅਧਿਕਾਰੀਗਣ, 3 ਅਨਯ ਪ੍ਰਾਂਤ ਜੈਸੇ ਦਿੱਲੀ, ਚੰਡੀਗੜ੍ਹ ਔਰ ਰਾਜਸਥਾਨ, ਐਸੇ 7 ਪ੍ਰਾਂਤੋਂ ਕੇ ਅਧਿਕਾਰੀ ਔਰ 4 ਮੁੱਖ ਮੰਤਰੀ ਇਨਕੀ ਸੰਯੁਕਤ ਬੈਠਕ ਅੱਜ ਹੋਈ। ਲਗਭਗ 2.5 ਘੰਟੇ ਇਸ ਬੈਠਕ ਮੇਂ ਸਭ ਬਾਤੋਂ ਪਰ ਖੁੱਲ੍ਹ ਕਰਕੇ ਵਿਚਾਰ ਕੀਆ ਗਿਆ। ਹਰ ਪ੍ਰਾਂਤ ਨੇ ਆਪਣਾ ਆਪਣਾ ਕੰਸਰਨ ਸਾਂਝਾ ਕੀਆ, ਜੋ ਜੋ ਗਤੀਵਿਧੀਆਂ ਕੀ ਜਾ ਰਹੀ ਥੀ ਉਹ ਸਭ ਬਤਾਈ ਔਰ ਉਸਮੇਂ ਇੱਕ ਕਾਮਨ ਗੋਲ ਕੇ ਨਾਤੇ ਸੇ ਕੁਛ ਬਾਤੇਂ ਜੋ ਤੈਅ ਹੋਈ ਹੈ ਉਹ ਮੈਂ ਆਪਣੇ ਸਾਹਮਣੇ ਰੱਖ ਰਿਹਾ ਹਾਂ। ਇੱਕ ਬਾਤ ਤੈਅ ਹੋਈ ਕਿ ਇੱਕ ਸਾਂਝਾ ਸਚਿਵਾਲਯ, ਕਾਮਨ ਸੈਕਟਰੀਏਟ ਇਸ ਸਮੱਸਿਆ ਕੇ ਨਿਦਾਨ ਕੇ ਲੀਏ ਬਣਾਇਆ ਜਾਏ। ਤੋ ਪੰਚਕੂਲਾ ਮੇਂ ਯੇ ਇੱਕ ਸਚਿਵਾਲਯ ਬਣੇਗਾ, ਸਭੀ ਪ੍ਰਦੇਸ਼ ਇੱਕ ਇੱਕ ਨੋਡਲ ਅਧਿਕਾਰੀ ਇਸਕੇ ਲੀਏ ਬਣਾਏਗੇ। ਹਰ 6 ਮਹੀਨੇ ਮੇਂ ਮੁੱਖ ਮੰਤਰੀ ਸਤਰ ਕੀ ਇੱਕ ਬੈਠਕ ਔਰ ਹਰ 3 ਮਹੀਨੇ ਮੇਂ ਇੱਕ ਅਧਿਕਾਰੀ ਸਤਰ ਕੀ ਬੈਠਕ ਔਰ ਜੋ ਐਡਜੋਇਨਿੰਗ ਡਿਸਟ੍ਰਿਕਟ ਹੈ ਪ੍ਰਾਂਤੋਂ ਕੇ, ਦੂਸਰੇ ਪ੍ਰਾਂਤੋਂ ਕੇ ਸਾਥ ਉਨ ਡਿਸਟ੍ਰਿਕਟਸ ਕੇ DC SPs ਵੋ ਵੀ ਰੈਗੂਲਰ ਮੀਟਿੰਗਸ ਉਹ ਕਿਆ ਕਰੇਂਗੇ, ਤਾਂ ਕਿ ਜੋ ਵੀ ਸੂਚਨਾਓ ਕਾ ਆਦਾਨ ਪ੍ਰਦਾਨ, ਡਾਟਾ ਸ਼ੇਅਰਿੰਗ ਔਰ ਜੋ ਇੱਕ ਦੂਸਰੇ ਪ੍ਰਾਂਤ ਮੇਂ ਗੁੱਡ ਪ੍ਰੈਕਟਿਸਿਸ ਇਸ ਸਮੱਸਿਆ ਕੋ ਉਨਮੂਲਨ ਕੇ ਲੀਏ ਕੀ ਜਾ ਰਹੀ ਹੈ ਉਸਕੋ ਸਾਂਝਾ ਕਿਆ ਕਰੇਂਗੇ। ਅਗਲੀ ਵਾਰ ਮੁੱਖ ਮੰਤਰੀ ਉੱਤਰ ਪ੍ਰਦੇਸ਼ ਔਰ ਜੰਮੂ ਕਸ਼ਮੀਰ ਕੇ ਵੀ ਸੀਨੀਅਰ ਅਧਿਕਾਰੀਓਂ ਕੋ ਕਹਾ ਜਾਏਗਾ ਕਿ ਇਸ ਪ੍ਰਕਾਰ ਕੀ ਬੈਠਕ ਮੇਂ ਉਹ ਵੀ ਸਾਂਝਾ ਹੋ ਕਰਕੇ ਔਰ ਇਸ ਇੱਕ ਕਾਮਨ ਪ੍ਰੋਬਲਮ ਕੋ, ਇੱਕ ਸਾਂਝਾ ਸਮੱਸਿਆ ਕੋ ਉਨਮੂਲਨ ਕੀ ਦ੍ਰਿਸ਼ਟੀ ਸੇ ਕਾਮ ਕਰੇ।